6 ਅਗਸਤ ਨੂੰ ਪਿੰਡ ਠੱਠਾ ਹਰੀਪੁਰ ਤੋਂ ਗੁੰਮਸ਼ੁਦਾ 25 ਸਾਲਾਂ ਦੇ ਨੌਜਵਾਨ ਹਰਪ੍ਰੀਤ ਸਿੰਘ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ। ਦਰਅਸਲ ਇਸ ਕਤਲਕਾਂਡ ਦੇ ਵਿਚ ਉਸਦੇ 3 ਸਾਥੀ ਸ਼ਾਮਿਲ ਸਨ, ਜਿਨ੍ਹਾਂ ਦੇ ਵੱਲੋਂ ਉਕਤ ਨੌਜਵਾਨ ਨੂੰ ਓਵਰਡੋਜ਼ ਦਾ ਨਸ਼ਾ ਦੇ ਕੇ ਕਤਲ ਕੀਤਾ ਗਿਆ ਸੀ। ਪੁਲਿਸ ਨੇ 2 ਮੁਲਜ਼ਮ ਕਮਲਜੀਤ ਸਿੰਘ ਪੁੱਤਰ ਗਿਆਨ ਸਿੰਘ ਅਤੇ ਹਰਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਖਾਨਪੁਰ ਠੱਠਾ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਕ ਮੁਲਜ਼ਮ ਸੰਤੋਖ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਲਾਇਲ ਵਾਲਾ ਅਜੇ ਫਰਾਰ ਹੈ। ਪੁਲਿਸ ਦੇ ਵੱਲੋਂ ਇਸ ਸਬੰਧੀ ਫਰਾਰ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂਜੀ ਸਰ, ਕੀ ਮਾਮਲਾ ਜੀ? ਇਹ ਮਿਤੀ 12/8 ਜਿਹੜਾ 17 ਨੂੰ ਸੰਤੋਖ ਸਿੰਘ ਪੁੱਤਰ ਚੰਦ ਸਿੰਘ ਵਾਸੀ ਜਿਹੜਾ ਉਹ ਹਰੀਪੁਰ ਢੱਡੇ ਨੇ ਸਾਨੂੰ ਇਤਰਾਹ ਦਿੱਤੀ ਸੀ ਕਿ ਉਹਨਾਂ ਦਾ ਲੜਕਾ ਹਰਪ੍ਰੀਤ ਸਿੰਘ ਜਿਹੜੀ ਸਲਾਲਾ ਉਮਰ ਕਰੀਬ 24 ਸਾਲ ਕੰਮ 'ਤੇ ਗਿਆ ਸੀ ਅਤੇ ਮੁੜ ਕੇ ਘਰ ਵਾਪਸ ਨਹੀਂ ਆਇਆ ਜੀ। 6/8/17 ਨੂੰ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ ਸੀ। ਜੋ ਇਹਨਾਂ ਦੀ ਇਤਲਾਹ 'ਤੇ ਅਸੀਂ ਜਿਹੜੀ ਉਹ ਗੁੰਮਸ਼ੁਦਾ ਲੜਕੇ ਦੀ ਗੁੰਮਸ਼ੁਦਗੀ ਸੰਬੰਧੀ ਜਿਹੜੀ ਉਹ ਰਿਪੋਰਟ ਦਰਜ ਕਰਕੇ ਅਤੇ ਤਫਤੀਸ਼ ਕੀਤੀ ਗਈ ਅਤੇ ਜਿਹੜਾ ਲੜਕੇ ਦੀ ਫੋਨ ਦੀਆਂ ਕਾਲ ਡਿਟੇਲਾਂ ਕਢਾਈਆਂ ਗਈਆਂ, ਕਾਲ ਡਿਟੇਲ ਕਢਾ ਕੇ CDR ਕਢਾ ਕੇ ਅਤੇ ਐਨਾਲਿਸਿਸ ਕੀਤਾ ਗਿਆ ਜੀ। ਅਤੇ ਜਿਹੜਾ ਇਹਨਾਂ ਦਾ ਕਾਫੀ ਕਾਲਾਂ ਜਿਹੜੀਆਂ ਇਹਦੇ ਨਾਲ ਕਮਲਜੀਤ ਸਿੰਘ ਦੋਸ਼ੀ ਹੈ ਜਿਹੜਾ ਜੀ, ਇਹਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਜੀ। ਅਤੇ ਇਸ ਸੰਬੰਧ 'ਚ ਜਿਹੜਾ ਉਹ ਇਹਨਾਂ ਨੇ ਸਾਨੂੰ ਲੜਕੇ ਦੇ ਪਿਤਾ ਨੇ ਸੰਤੋਖ ਸਿੰਘ ਨੇ ਕੱਲ੍ਹ ਸਾਡੇ ਨੂੰ ਫਿਰ ਦੁਬਾਰਾ ਇਤਲਾਹ ਦਿੱਤੀ ਵੀ ਜਿਹੜੀ ਇੱਥੇ 8/8/17 ਨੂੰ ਡੈੱਡ ਬੋਡੀ ਮਿਲੀ ਸੀ ਮਲਸੀਆਂ ਚੌਂਕੀ ਵਾਲਿਆਂ ਨੂੰ, ਹਾਂਜੀ, ਉਹ ਜਿਹੜੀ ਉਹ ਇਹਨਾਂ ਨੇ ਆਪਣੇ ਲੜਕੇ ਦੇ ਤੌਰ 'ਤੇ ਸ਼ਨਾਖਤ ਕੀਤੀ ਹੈ ਜੀ। ਅਤੇ ਇਹਨਾਂ ਨੇ ਇਹ ਵੀ ਕਿਹਾ ਵੀ ਇਹ ਜਿਹੜਾ ਹਰਪ੍ਰੀਤ ਸਿੰਘ ਲਾਲਾ ਜਿਹੜਾ ਲੜਕਾ ਤਾ ਇਹਨਾਂ ਦਾ ਜੀ, ਇਹਨੂੰ ਜਿਹੜਾ ਕਮਲਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਾਸੀ ਖਾਨਪੁਰ ਢੱਡੇ ਦੇ, ਇਹ ਉਹਨੂੰ ਉੱਥੇ ਪਿੰਡ ਲਾਟੀਆਂ ਵਾਲਾ ਨਸ਼ਾ ਕਰਨ ਵਾਸਤੇ ਲੈ ਗਏ ਸੀ ਜੀ, ਨਸ਼ਾ ਕਰਨ ਦੇ ਆਦੀ ਸੀ ਜੀ। ਅਤੇ ਉੱਥੇ ਜਿਹੜਾ ਇਹਨੂੰ ਟੀਕਾ ਜਿਹੜਾ ਨਸ਼ੇ ਦਾ ਲੱਗ ਗਿਆ ਸੀ ਅਤੇ ਜ਼ਿਆਦਾ ਲਾਤਾ ਜੀ, ਹਾਂਜੀ, ਅਤੇ ਜਿਹਦੇ ਨਾਲ ਇਹ ਬੇਹੋਸ਼ ਹੋ ਗਿਆ ਸੀ ਅਤੇ ਜਿਹੜੀ ਉਹ ਹੈ ਉਹਨਾਂ ਨੂੰ ਪਤਾ ਲੱਗਾ ਵੀ ਇਹ ਜਿਹੜੀ ਉਹਦੀ ਡੈੱਡ ਬੋਡੀ ਜਿਹੜੀ ਉੱਥੇ ਗਈ ਸੁੱਟ ਦਿੱਤੀ ਇਹਨਾਂ ਨੇ ਅਤੇ ਲਾਸ਼ ਪੁਰਸਪੁਰਦ ਕਰਤੀ। ਜੋ ਇਹਨਾਂ ਦੇ ਬਿਆਨ 'ਤੇ ਸੰਤੋਖ ਸਿੰਘ ਦੇ ਬਿਆਨ 'ਤੇ ਜਿਹੜਾ ਕੱਲ੍ਹ FIR ਦਰਜ ਕਰਕੇ ਜੀ ਤਫਤੀਸ਼ ਕੀਤੀ ਜੀ ਅਤੇ ਦੋਸ਼ੀਆਂ ਨੂੰ ਕਮਲਦੀਪ ਸਿੰਘ ਅਤੇ ਹਰਜਿੰਦਰ ਸਿੰਘ ਵਾਸੀਆਂ ਨੂੰ ਖਾਨਪੁਰ ਢੱਡੇ ਨੂੰ ਕਾਬੂ ਕਰਕੇ ਅੱਜ ਇਹਨਾਂ ਕੋਲ ਪੁੱਛਗਿੱਛ ਕੀਤੀ ਹੈ ਜੀ। ਅਤੇ ਜਿਨ੍ਹਾਂ ਨੇ ਦੌਰਾਨੇ ਪੁੱਛਗਿੱਛ ਇਹ ਆਪਣਾ ਕਬੂਲ ਕੀਤਾ ਵੀ ਇਹ ਵਾਕਈ ਤਿੰਨੋਂ ਜਣੇ ਆਪਣੀ ਐਕਟਿਵਾ ਸਕੂਟਰੀ 'ਤੇ ਪਿੰਡ ਲਾਟੀਆਂ ਵਾਲਾ ਸੰਤੋਖ ਸਿੰਘ ਜੀ ਸੋਖਾ ਦੇ ਘਰ ਗਏ, ਉੱਥੇ ਜਾ ਕੇ ਨਸ਼ਾ ਕੀਤਾ ਜੀ ਅਤੇ ਇਹਨੂੰ ਜਿਹੜਾ ਹਰਪ੍ਰੀਤ ਸਿੰਘ ਲਾਲਾ ਇਹਨੂੰ ਨਸ਼ੇ ਦਾ ਟੀਕਾ ਲਾਇਆ ਅਤੇ ਜਿਹੜੀ ਉਹ ਜ਼ਿਆਦਾ ਡੋਜ਼ ਲੱਗ ਗਈ ਜਿਹਦੇ ਨਾਲ ਇਹ ਬੇਹੋਸ਼ ਹੋ ਗਿਆ ਜੀ। ਹਾਂਜੀ, ਉੱਥੇ ਡਾਕਟਰ ਵੀ ਬੁਲਾਇਆ ਗਿਆ ਜਿਹਨੇ ਥੋੜ੍ਹਾ ਬਹੁਤਾ ਇਹਦਾ ਇਲਾਜ ਵੀ ਕੀਤਾ ਜੀ ਪਰ ਬਹੁਤੀ ਹੋਸ਼ 'ਚ ਨਹੀਂ ਆਇਆ ਅਤੇ ਇਹਨੂੰ ਸਕੂਟਰੀ 'ਤੇ ਲੱਦ ਕੇ ਜਿਹੜਾ ਉਹ ਆਪਣੇ ਪਿੰਡ ਲਿਆ ਰਹੇ ਸੀ ਅਤੇ ਰਸਤੇ 'ਚ ਇਹਦੀ ਡੈਥ ਹੋ ਗਈ। ਸਰ, ਇਹਨਾਂ ਦੋਸ਼ੀਆਂ 'ਤੇ ਪਹਿਲਾਂ ਵੀ ਕੋਈ ਪਰਚੇ ਹੈਗੇ ਆ ਇਸ ਤਰ੍ਹਾਂ ਦੇ? ਇਹਨਾਂ ਦੇ ਕਰ ਰਹੇ ਹਾਂ, ਦੇਖ ਰਹੇ ਹਾਂ, ਰਿਕਾਰਡ ਦੇਖ ਰਹੇ ਹਾਂ ਜੀ ਇਹਨਾਂ ਦਾ, ਸ਼ਾਇਦ ਨਸ਼ੇ ਦੇ ਕੋਈ ਇੱਕ ਦੋ ਮੁਕਦਮੇ ਦਰਜ ਨੇ ਜੀ। ਅਤੇ ਹੁਣ ਕੀ ਕਾਰਵਾਈ ਕਰ ਰਹੇ ਤੁਸੀਂ? ਹੁਣ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਹੈ ਜੀ, ਇਹਨਾਂ ਨੂੰ ਅੱਜ ਅਰੈਸਟ ਕੀਤਾ, ਕਾਬੂ ਕੀਤਾ ਜੀ ਅਤੇ ਪੁੱਛਗਿੱਛ ਕੀਤੀ ਹੈ ਜੀ। ਅਤੇ ਜਿਹੜਾ ਤੀਸਰਾ ਦੋਸ਼ੀ ਹੈ ਸੰਤੋਖ ਸਿੰਘ ਉਹ ਜਿਹੜਾ ਘਰੋਂ ਭੱਜਿਆ ਜੀ, ਉਹਨੂੰ ਵੀ ਗ੍ਰਿਫ਼ਤਾਰ ਕਰ ਰਹੇ ਹਾਂ ਜੀ ਅਤੇ ਹੋਰ ਵੀ ਪੜਤਾਲ ਚੱਲ ਰਹੀ ਹੈ ਡੂੰਘਾਈ ਨਾਲ। ਨਕੋਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ, ਜਗਤ ਸੇਵਕ, ਵੈਬ TV।